अच्छा भाई गल असि बैठे आ मौड़ दे चौंक च बैठे आ मौड़ जिले बठिंडे दा पिंड आ इत्थे ट्रक यूनियन आले कैंटर यूनियन आले पिकअप यूनियन आले ते जिहड़े अपने हाथी यूनियन आले ਉਹ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਇੱਥੇ ਰੋਸ ਵਜੋਂ ਆਪਣੇ ਟਰੱਕ ਆਪਣੀਆਂ ਜਿੰਨੀਆਂ ਵੀ ਗੱਡੀਆਂ ਪਿਕਅਪ ਜਾਂ ਹਾਥੀ ਨੇ ਸਾਰੇ ਸੜਕਾਂ ਦੇ ਆਲੇ ਦੁਆਲੇ ਖੜੇ ਕਰਕੇ ਇੱਥੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਆ ਕਿ ਲਗਾਤਾਰ ਜਿਹੜਾ ਤੇਲ ਆ ਤੇਲ ਵਾਧਾ ਵਾਧਾ ਕਿੱਥੋਂ ਕਿੱਥੇ ਚਲਾ ਗਿਆ 100 ਰੁਪਏ ਤੱਕ ਤੇਲ ਚਲਾ ਗਿਆ ਪਰ ਅਸੀਂ ਇਹ ਬਾਈਆਂ ਨੇ ਦੱਸਿਆ ਵੀ ਜਿਹੜੇ ਭਾੜੇ ਨੇ ਉਹ 2015 ਵਾਲੀ ਅਸੀਂ ਭਾੜੇ ਤੇ ਕੰਮ ਕਰ ਰਹੇ ਹਾਂ ਕਿੰਨੀ ਗੱਡੀ ਦੱਸੀ ਬਾਈ ਪਹਿਲਾਂ ਸੀਗੀ 400 ਗੱਡੀ ਸੀ ਕਰੇ ਇਸੇ ਯੂਨੀਅਨ ਦੇ ਵਿੱਚ ਤੇ ਗੱਡੀ 250 ਰਹਿ ਗਈ 150 ਗੱਡੀ ਵਿਕ ਗਈ ਆ ਪਿਛਲੇ 4 ਸਾਲਾਂ ਚ ਵਿਕ ਕੇ 250 ਵੀ ਜਾਣੀ ਆ ਉਹ ਇਹ ਪੰਜਾਬ ਦੀ ਹਰ ਇੱਕ ਯੂਨੀਅਨ ਦਾ ਮਸਲਾ ਹੈ ਚਾਹੇ ਉਹ ਪਿਕਅਪ ਯੂਨੀਅਨ ਹੋਵੇ ਚਾਹੇ ਟਰੱਕਾਂ ਦੀ ਹੋਵੇ ਚਾਹੇ ਉਹ ਹਾਥੀਆਂ ਦੀ ਹੋਵੇ ਚਾਹੇ ਕੈਂਟਰਾਂ ਦੀ ਹੋਵੇ ਗੱਡੀਆਂ ਕਿਉਂ ਵਿਕ ਰਹੀਆਂ ਨੇ ਯੂਨੀਅਨਾਂ ਤੋੜਤੀਆਂ ਸਰਕਾਰ ਨੇ ਯੂਨੀਅਨ ਤੋੜਦਾ ਬਾਈਆਂ ਨੇ ਦੱਸਿਆ ਵੀ ਮੰਨ ਲਓ ਹੁਣ ਸਾਡੇ ਇੱਥੇ ਜੇ ਆ ਕੇ ਅਸੀਂ ਹੜਤਾਲ ਕਰਤੀ ਵੇਖਦਾ ਬਈ ਆਹ ਪਹਾੜੇ ਤੇ ਚੱਕਾਂਗੇ ਆ ਰੇਟ ਚੱਕਾਂਗੇ ਮਾਲ ਤਾਂ ਉਹ ਰਾਮਪੁਰਿਓਂ ਆ ਜਾਂਦੀ ਹੈ ਬਠਿੰਡਿਓਂ ਆ ਗਈ ਭੁੱਚੋ ਤੋਂ ਆ ਗਈ ਇੱਧਰੋਂ ਮਾਨਸਾ ਤੋਂ ਆ ਕੇ ਗੱਡੀਆਂ ਭਰ ਜਾਂਦੀਆਂ ਹਰਿਆਣੇ ਤੋਂ ਆ ਕੇ ਗੱਡੀਆਂ ਭਰ ਜਾਂਦੀਆਂ ਨੇ ਇਹਦਾ ਨੁਕਸਾਨ ਕੀ ਹੋਇਆ ਯੂਨੀਅਨ ਤੋੜਨ ਦਾ ਯੂਨੀਅਨ ਤੋੜਨ ਦੇ ਵਿੱਚ ਨੁਕਸਾਨ ਹੋ ਗਿਆ ਦੇਖੋ ਕਿੰਨੇ ਘਰਾਂ ਦੇ ਚੁੱਲ੍ਹੇ ਬਲਦੇ ਸੀ ਕਿੰਨੇ ਘਰਾਂ ਦਾ ਕਿੰਨੇ ਪਰਿਵਾਰਾਂ ਦਾ ਰੁਜ਼ਗਾਰ ਇਸ ਧੰਦੇ ਦੇ ਸਿਰ ਤੇ ਸੀਗਾ ਇਹ ਡਰਾਈਵਰੀ ਜਿਹੜੇ ਡਰਾਈਵਰ ਵਿਚਾਰੇ ਕੋਈ ਡਰਾਈਵਰੀ ਕਰਦਾ ਸੀ ਕੋਈ ਆਪਣੀ ਗੱਡੀ ਛੋਟੀ ਮੋਟੀ ਸੀਗੀ ਕਿਸੇ ਕੋਲ ਜਿਹਦੇ ਨਾਲ ਉਹਦਾ ਪਰਿਵਾਰ ਵੀ ਪਲਦਾ ਸੀ ਤਾਂ ਉਹ ਸਾਰੇ ਉਹਨਾਂ ਦਾ ਰੁਜ਼ਗਾਰ ਬਿਲਕੁਲ ਤਬਾਹ ਕਰਤਾ ਕਾਰਨ ਕਿ ਯੂਨੀਅਨ ਤੋੜ ਕੇ ਜਿਹੜਾ ਸਾਰਾ ਕੰਮ ਸੀ ਪ੍ਰਾਈਵੇਟ ਹੱਥਾਂ 'ਚ ਦਿੱਤਾ ਉਹੀ ਗੱਲ ਠੇਕੇਦਾਰੀ ਸਿਸਟਮ ਜਿਹੜੀ ਆਪਾਂ ਕਹਿੰਦੇ ਪੂੰਜੀਪਤੀਆਂ ਦੇ ਹੱਥ 'ਚ ਦੇਣਾ ਸਾਰਾ ਕਾਰੋਬਾਰ ਜਿਵੇਂ ਉਦਾਹਰਣ ਤੁਹਾਨੂੰ ਦਿੰਦਾ ਕਿ ਰਾਮਪੁਰਾ ਬਹੁਤ ਵੱਡੀ ਯੂਨੀਅਨ ਸੀ ਪੰਜਾਬ ਦੀਆਂ ਵੱਡੀਆਂ ਯੂਨੀਅਨ ਦੇ ਵਿੱਚ ਇੱਕ ਯੂਨੀਅਨ ਸੀ ਸੀਮੈਂਟ ਫੈਕਟਰੀ ਲਹਿਰੇ ਦਾ ਜਿੰਨਾ ਕੰਮ ਸੀ ਯੂਨੀਅਨ ਕੋਲ ਸੀਗਾ ਜਦੋਂ ਯੂਨੀਅਨ ਟੁੱਟੀ ਸੀਮੈਂਟ ਅੱਗੇ ਇਹ ਹੁੰਦਾ ਸੀਗਾ ਯੂਨੀਅਨ ਦਾ ਵੀ ਯੂਨੀਅਨ ਨੂੰ ਸੀਮੈਂਟ ਫੈਕਟਰੀ ਨੂੰ ਯੂਨੀਅਨ ਨੂੰ ਪੱਕੀਆਂ ਗੱਡੀਆਂ ਯੂਨੀਅਨ ਚੋਂ ਲੈਣੀਆਂ ਪੈਂਦੀਆਂ ਸੀਗੀਆਂ ਇਹ ਸ਼ਰਤ ਹੁੰਦੀ ਸੀ ਯੂਨੀਅਨ ਟੁੱਟ ਕੇ ਉਹਨਾਂ ਨੇ ਆਪਣੀਆਂ ਪ੍ਰਾਈਵੇਟ ਗੱਡੀਆਂ ਪਾਤੀਆਂ ਜਾਂ ਹਰਿਆਣੇ ਚੋਂ ਮੰਗਾ ਲਈਆਂ ਰਾਜਸਥਾਨ ਚੋਂ ਮੰਗਾ ਲਈਆਂ ਤਾਂ ਜਿਹੜਾ ਉਹ ਯੂਨੀਅਨ ਚੋਂ ਗੱਡੀਆਂ ਲੈਣੋਂ ਹਟ ਗਏ ਤਾਂ ਉੱਥੇ ਵੀ ਜਿਹੜੇ ਬੰਦਿਆਂ ਕੋਲੇ 5 ਗੱਡੀਆਂ ਸੀ 4 ਸੀ 1 ਸੀ 2 ਸੀ ਗੱਡੀਆਂ ਉੱਥੇ ਮੈਨੂੰ ਪਤਾ ਵੀ 1700-1800 ਗੱਡੀ ਹੁੰਦੀ ਸੀਗੀ ਯੂਨੀਅਨ ਦੇ ਵਿੱਚ ਤੇ ਉੱਥੇ ਵੀ 500-700 ਗੱਡੀ ਵੀ ਰਹਿ ਗਈ ਜਾਣੇ ਇਹ ਜਿਹੜਾ ਕਾਰੋਬਾਰ ਹੈਗਾ ਇਹ ਸਾਰਾ ਤਬਾਹ ਕਰਤਾ ਸਰਕਾਰ ਦੀ ਇਸ ਨੀਤੀ ਨੇ ਜਿਹੜਾ ਇਹਨਾਂ ਨੇ ਯੂਨੀਅਨ ਤੋੜ ਕੇ ਕੀਤਾ ਇਹਦਾ ਕਹਿੰਦੇ ਯੂਨੀਅਨ ਤੋੜ ਕੇ ਹੀ ਉੱਥੇ ਜਿਵੇਂ ਇਹਨੇ ਸੁਣਾਈ ਬਾਈ ਨੇ ਗੱਲ ਕਹਿੰਦਾ ਇਹ ਇਹਨਾਂ ਨੇ ਯੂਨੀਅਨ ਤਾਂ ਤੋੜੀ ਵੀ ਇਹ ਕਹਿੰਦੇ ਸੀਗੇ ਵੀ ਇੱਥੇ ਜੀ ਜਿਹੜੀ ਇੰਡਸਟਰੀ ਹੈ ਜਿਹੜਾ ਫੈਕਟਰੀਆਂ ਨੇ ਕਾਰਖਾਨੇ ਨੇ ਉਹ ਨਹੀਂ ਆਉਂਦੇ ਜਿਹੜੇ ਇੰਡਸਟਰੀਅਲ ਲੋਕ ਨੇ ਜਿਹੜੇ ਕਾਰਖਾਨੇ ਲਾਉਣ ਵਾਲੇ ਲੋਕ ਨੇ ਉਹ ਡਰਦੇ ਨੇ ਯੂਨੀਅਨ ਤੋਂ ਤਾਂ ਨਹੀਂ ਆਉਂਦੇ ਬਹੁਤ ਵਧੀਆ ਬਾਈ ਨੇ ਸਵਾਲ ਉਠਾਇਆ ਕਹਿੰਦਾ ਬਾਈ 4-5 ਸਾਲ ਹੋ ਗਏ ਤੋੜੀਆਂ ਨੂੰ ਉਦੋਂ ਬਾਅਦ ਕਿਹੜੀਆਂ ਫੈਕਟਰੀਆਂ ਕਿਹੜੇ ਕਾਰਖਾਨੇ ਆ ਗਏ ਪੰਜਾਬ 'ਚ ਕਾਰਨ ਕੁਛ ਵੀ ਨਹੀਂ ਆਮ ਲੋਕਾਂ ਦੇ ਮੂੰਹਾਂ ਦੇ ਵਿੱਚੋਂ ਰੋਟੀ ਖੋਹ ਕੇ ਤਕੜੇ ਪੂੰਜੀਪਤੀ ਲੋਕਾਂ ਨੂੰ ਦੇਣੀ ਸੀ ਉਹ ਬਾਈ ਦੇਤੀ ਅੱਜ ਬੇਨਤੀ ਕਰਦੇ ਆ ਪੰਜਾਬ ਦੇ ਸਮੁੱਚੇ ਜਿੰਨੇ ਵੀ ਟਰੱਕ ਯੂਨੀਅਨ ਵਾਲੇ ਟਰੱਕ ਵਾਲੇ ਭਰਾ ਨੇ ਚਾਹੇ ਕੋਈ ਡਰਾਈਵਰ ਆ ਚਾਹੇ ਕੋਈ ਆਪਦਾ ਆਪਦੀ ਗੱਡੀ ਹੈ ਕੈਂਟਰ ਯੂਨੀਅਨ ਵਾਲੇ ਆ ਪਿਕਅਪ ਯੂਨੀਅਨ ਵਾਲੇ ਆ ਹਾਥੀ ਯੂਨੀਅਨ ਵਾਲੇ ਆ ਬੱਸਾਂ ਵਾਲੇ ਆ ਸਾਰੇ ਬੱਸਾਂ ਵਾਲੇ ਵੀ ਮਰ ਗਏ ਬੱਸਾਂ ਕਿਹਦੀਆਂ ਚੱਲਦੀਆਂ ਬੱਸਾਂ ਬਾਦਲਾਂ ਦੀਆਂ ਹੀ ਚੱਲਦੀਆਂ ਹੁਣ ਜਿਹੜੀ ਮਰਜ਼ੀ ਸੜਕ ਤੇ ਆ ਜਾਓ ਬੱਸਾਂ ਬਾਦਲਾਂ ਦੀਆਂ ਮਿਲਣੀਆਂ ਆਮ ਵਿਚਾਰਾ ਜਿਹੜਾ ਇਕੱਲਾ ਕਹਿਰਾ ਕੋਈ ਸੀਗਾ ਬੱਸਾਂ ਵਾਲਾ ਉਹਦੇ ਇੱਕ 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 ਟਾਈਮ ਮਗਰ ਪਾ ਦਿੰਦੇ ਸੀ ਬਾਦਲ ਇੱਕ ਮੂਹਰੇ ਪਾ ਦਿੰਦੇ ਸੀ 10 ਸਾਲ ਆਪਾਂ ਦੇਖੀ ਆ ਵੀ ਕਿਵੇਂ ਉਹਨਾਂ ਨੇ ਬੱਸਾਂ ਦੇ ਵੱਡੇ ਵੱਡੇ ਰੂਟ ਆ ਬਠਿੰਡਿਓਂ ਜਲੰਧਰ ਆ ਬਠਿੰਡਿਓਂ ਚੰਡੀਗੜ੍ਹ ਪਟਿਆਲਾ ਵੱਡੇ ਰੂਟ ਕਿਵੇਂ ਖੋਹੇ ਇਹ ਕੋਈ ਨਹੀਂ ਵੇਚਣ ਨੂੰ ਤਿਆਰ ਸੀ ਮਗਰ ਪਾ ਕੇ ਮੂਹਰੇ ਪਾ ਕੇ ਵਿਚਾਲੇ ਬੱਸ ਖੜਕਦੀ ਖਾਲੀ ਜਾਂਦੀ ਸੀ ਮਜਬੂਰ ਹੋ ਕੇ ਬੰਦੇ ਨੂੰ ਆਪਣੀ ਬੱਸ ਬਾਦਲਾਂ ਨੂੰ ਵੇਚਣੀ ਪਏਗੀ 10-20 ਬੱਸਾਂ ਤੋਂ ਅੱਜ ਬਾਦਲਾਂ ਕੋਲੇ ਹਜ਼ਾਰਾਂ ਬੱਸਾਂ ਹੋ ਗਈਆਂ ਆਮ ਟਰਾਂਸਪੋਰਟਰ ਆਮ ਵਿਚਾਰਾ ਬੱਸ ਵਾਲਾ ਉਹਨਾਂ ਨੇ ਐ ਮਾਰ ਆਹ ਸਾਰੇ ਹਾਲਾਤ ਆ ਸਮੁੱਚੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਸਾਰੀਆਂ ਜਿਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਵੇਂ ਆ ਮੌੜਾਂ ਵਾਲੇ ਬਾਈ ਲਗਾਤਾਰ ਧਰਨਾ ਮਾਰ ਕੇ ਬੈਠਿਆ ਰਾਜ DSP ਆ ਗਿਆ ਮੌੜ ਇੱਥੇ ਇਹਨਾਂ ਨੂੰ ਇਹ ਵੀ ਕਹਿੰਦਾ ਸੀਗਾ ਵੀ ਇੱਥੇ ਉੱਠੋ ਪਰ ਅੜੇ ਰਹੇ ਪਰਚਿਆਂ ਦੇ ਡਰਾਵੇ ਵੀ ਦਿੱਤੇ ਇਹ ਕਹਿੰਦੇ ਕੋਈ ਗੱਲ ਨਹੀਂ ਪਰਚੇ ਤੇ ਨੂੰ ਵੀ ਤਿਆਰ ਆ ਹੁਣ ਬਾਈ ਪਰਚੇ ਵੀ ਚੱਲਣੇ ਪੈਣਗੇ ਜੇਲ੍ਹਾਂ ਵੀ ਜਾਣਾ ਪਊਗਾ ਨੰਗੇ ਧੜ ਹੋ ਕੇ ਲੜਨਾ ਪੈਣਾ ਜੇ ਆਪਦੇ ਜਵਾਕਾਂ ਦੇ ਮੂੰਹ 'ਚ ਰੋਟੀ ਮਾੜੀ ਮੋਟੀ ਪੈਂਦੀ ਰੱਖਣੀ ਹੈ ਜੇ ਆਪਣਾ ਮਾੜਾ ਮੋਟਾ ਚੁੱਲ੍ਹਾ ਬਲਦਾ ਰੱਖਣਾ ਤਾਂ ਲੜਨਾ ਪੈਣਾ ਲੜੇ ਬਿਨਾਂ ਗੁਜ਼ਾਰਾ ਨਹੀਂ ਹੋਣਾ ਮੈਂ ਪਹਿਲਾਂ ਗੱਲ ਕਰਦਾ ਸੀ ਬਾਈਆਂ ਦਾ ਵੀ ਇਕੱਠੇ ਹੋ ਕੇ ਲੜ ਪਓ ਕਿਸਾਨ ਅੱਡ ਲੜੀ ਜਾਂਦੇ ਆ ਮਜ਼ਦੂਰ ਅੱਡ ਲੜੀ ਜਾਂਦੇ ਆ ਟਰਾਂਸਪੋਰਟਰ ਜਿਹੜੇ ਹੈਗੇ ਨੇ ਬਾਈ ਅੱਡ ਲੜੀ ਜਾਂਦੇ ਆ
ਮੁਲਾਜ਼ਮ ਵਿਚਾਰੇ ਟੀਚਰ ਆ ਜਾਂ ਕੋਈ ਹੋਰ ਆ ਅੱਡ ਲੜੀ ਜਾਂਦੇ ਆ, ਦੁਕਾਨਦਾਰ ਆੜਤੀ ਆ ਵਪਾਰੀ ਅੱਡ ਲੜੀ ਜਾਂਦਾ, ਇਕੱਠੇ ਹੋ ਕੇ ਲੜ ਪੋ ਬਾਜੋਗੇ ਅੱਡੋ ਅੱਡੀ ਲੜੀ ਜਾਓਗੇ ਤਾਂ ਕਿਸੇ ਦੇ ਪੱਲੇ ਕੁਛ ਪੈਣਾ ਨੀ। ਸੋ ਬੇਨਤੀ ਕਰਦੇ ਆ ਇਹਨਾਂ ਦੀ ਅੱਜ ਬੁਲਾਡੇ ਮੀਟਿੰਗ ਆ, ਮੀਟਿੰਗ ਦੇ ਵਿੱਚ ਫੈਸਲਾ ਕਰਨਗੇ। 27-28 ਨੂੰ ਬਾਗਾਂ ਨੇ ਦੱਸਿਆ ਵੀ ਸਾਰੇ ਬੱਸਾਂ ਵਾਲੇ ਵੀ ਸਾਡੇ ਨਾਲ ਆ ਰਹੇ ਆ। ਸੋ ਬੇਨਤੀ ਕਰਦਾ ਬਾਈ ਪੂਰੇ ਸਮੁੱਚੇ ਪੰਜਾਬ ਦੀਆਂ ਯੂਨੀਅਨਾਂ ਨੂੰ ਇਕੱਠੇ ਹੋ ਕੇ ਬਾਈ ਹੜਤਾਲ ਕਰ ਦਿਓ, ਕੋਈ ਸਮਾਨ ਨਾ ਚੱਕੋ, ਕੋਈ ਫਰਕ ਨਹੀਂ ਪੈਂਦਾ 2-4-5-7 ਦਿਨ ਨਾਲ। ਜੇ ਚਾਹੁੰਦੇ ਆ ਕਿ ਤੁਸੀਂ ਤੁਹਾਡੀਆਂ ਗੱਡੀਆਂ ਮਾੜੀਆਂ ਮੋਟੀਆਂ ਬਚੀਆਂ ਰਹਿ ਜਾਣ, ਤੁਹਾਡਾ ਚੁੱਲ੍ਹਾ ਬਲਦਾ ਰਹੇ, ਤੁਹਾਡਾ ਪਰਿਵਾਰ ਜਿਉਂਦਾ ਰਹਿ ਜੇ, ਤਾਂ ਭਰਾਵੋ ਬੇਨਤੀ ਇਹੀ ਆ ਵੀ ਇਕੱਠੇ ਹੋ ਕੇ ਸਾਰੇ ਸਾਥ ਦੇ ਕੇ ਜਿੱਥੇ ਜਿੱਥੇ ਵੀ ਬੈਠੇ ਆ ਉੱਥੇ ਉੱਥੇ ਹੜਤਾਲਾਂ ਕਰਕੇ ਆਪਣੀਆਂ ਗੱਡੀਆਂ ਥਾਂ ਥਾਂ ਰੋਕ ਦਿਓ। ਹੋਰ ਬਾਈ ਕੋਈ ਸਵਾਲ ਕਰਨਾ ਕਿਸੇ ਨਾਲ ਗੱਲਬਾਤ, ਅਸੀਂ ਤੁਹਾਡੇ ਨਾਲ ਆ, ਹਰ ਪੱਖ ਤੋਂ ਨਾਲ ਆ, ਹਨਾ। ਅਸੀਂ ਤਾਂ ਜਗਾਉਂਦੇ ਫਿਰਦੇ ਆ, ਪਲਖੀ ਲਾਉਣੇ ਆ, ਇਹਦਾ ਲੋਕਾਂ ਨੇ ਭਾਈ ਜਾਗਣਾ ਪੈਣਾ, ਬਿਨਾਂ ਜਾਗੇ ਸਾਡੇ ਗੁਜ਼ਾਰਾ ਨਹੀਂ ਹੋਣਾ। ਇਹ ਅਸੀਂ ਤੁਹਾਡੇ ਨਾਲ ਬੈਠਾ ਹੈ ਭਾਵੇਂ 10 ਦਿਨ 20 ਦਿਨ ਜਿਹਨਾਂ ਸਾਡਾ ਮੋਰਚਾ ਚੱਲੂਗਾ, ਪਰ ਬੇਨਤੀ ਆ ਬਾਈ ਸਾਰਿਆਂ ਨੂੰ ਇਕੱਠੇ ਕਰਕੇ ਹੋ ਕੇ ਦੇ ਕੇ ਹੁਣ ਬਹਿ ਜਾਓ।